ਬੇਗੁਨਾਹ ਯਸੂ ਨੇ ਦੁੱਖ ਉਠਾਇਆ। ਹਜ਼ਾਰਾਂ ਲੋਕਾਂ ਨੇ ਯਸੂ ਦੀ ਪੈਰਵੀ ਕੀਤੀ। ਉਹ ਯਸੂ ਨੂੰ ਆਪਣਾ ਬਾਦਸ਼ਾਹ ਬਣਾਉਣਾ ਚਾਹੁੰਦੇ ਹੈ। ਯਸੂ ਇਸ ਦੁਨੀਆਂ ਦਾ ਬਾਦਸ਼ਾਹ ਨਹੀਂ ਬਣਨਾ ਚਾਹੁੰਦਾ ਆ। ਯਹੂਦੀ ਸਰਦਾਰ ਉਸ ਨੂੰ ਕਚਹਿਰੀ ਵਿੱਚ ਲੈ ਆਏ। ਸਿਪਾਹੀਆਂ ਨੇ ਯਸੂ ਨੂੰ ਮਾਰਾ, ਉਸ 'ਤੇ ਥੁੱਕਾ ਅਤੇ ਮਜ਼ਾਕ ਉਡਾਇਆ। ਉਹਨਾਂ ਨੇ ਕੰਡਿਆਂ ਦਾ ਤਾਜ ਉਸਦੇ ਸਿਰ 'ਤੇ ਰੱਖ ਦਿੱਤਾ। ਯਸੂ ਨੇ ਨਾ ਤਾਂ ਉਹਨਾਂ ਦਾ ਮੁਕਾਬਲਾ ਕੀਤਾ ਅਤੇ ਨਾ ਹੀ ਨੱਸਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹੀ ਸਜ਼ਾ ਉਹ ਦੁਆਇਆਂ ਦੇ ਗੁਨਾਹਾਂ ਦੇ ਬਦਲੇ 'ਚ ਪਾਉਂਦਾ ਵੀ ਆਇਆ। ਸਾਡੇ ਗੁਨਾਹਾਂ ਵਾਸਤੇ ਯਸੂ ਦਾ ਖੂਨ ਵਗਾਇਆ ਗਿਆ। ਸਿਪਾਹੀਆਂ ਨੇ ਯਸੂ ਨੂੰ ਸਲੀਬ 'ਤੇ ਕੋਕਿਆਂ ਨਾਲ ਚੁਣ ਦਿੱਤਾ। ਉਸ ਦਾ ਖੂਨ ਵਗ ਗਿਆ ਅਤੇ ਉਸਨੇ ਜਾਨ ਦੇ ਦਿੱਤੀ। ਇੱਕ ਸਿਪਾਹੀ ਚੀਖਾ, ਬੇਸ਼ੱਕ ਇਹ ਹੀ ਖੁਦਾ ਦਾ ਪੁੱਤਰ ਆਇਆ। ਯਸੂ ਨੇ ਮਰਨੇ ਦੇ ਬਾਅਦ ਉਸਦੇ ਦੋਸਤਾਂ ਨੇ ਉਸਦੀ ਲਾਸ਼ ਨੂੰ ਸਲੀਬ 'ਤੇ ਤਲੇ ਲਾਇਆ ਅਤੇ ਕਫਨ ਲਵੇਟ ਕੇ ਕਬਰ ਵਿੱਚ ਰੱਖ ਦਿੱਤਾ। ਕਬਰ ਦੇ ਮੂੰਹ 'ਤੇ ਇੱਕ ਵੱਡਾ ਪੱਥਰ ਰੱਖ ਦਿੱਤਾ ਗਿਆ। ਉਸਦੇ ਜਿੰਦੇ ਹੋਣੇ ਨਾਲ ਮੌਤ ਆ ਗਈ। 3 ਦਿਨਾਂ ਦੇ ਬਾਅਦ ਯਸੂ ਦੇ ਸਾਥੀ ਉਸਦੀ ਕਬਰ 'ਤੇ ਆਏ। ਉਹਨਾਂ ਨੇ ਵੇਖਾ ਕਿ ਵੱਡਾ ਪੱਥਰ ਇੱਕ ਪਾਸੇ ਤਿਲਕ ਗਿਆ ਹੈ, ਕਬਰ ਖਾਲੀ ਹੈ, ਸਿਰਫ ਕਫਨ ਉੱਥੇ ਪਿਆ ਹੋਇਆ ਹੈ। ਯਸੂ ਦੀ ਲਾਸ਼ ਉੱਥੇ ਨਹੀਂ ਆਈ। ਫਰਿਸ਼ਤਿਆਂ ਨੇ ਉਹਨਾਂ ਲੋਕਾਂ ਨੂੰ ਖਬਰ ਦਿੱਤੀ ਕਿ ਯਸੂ ਇੱਥੇ ਨਿੰਗਾ, ਉਹ ਜਿੰਦਾ ਹੋ ਗਿਆ ਵੇ। ਵੱਧ ਉਹਨਾਂ ਨੂੰ ਯਾਦ ਆਇਆ ਕਿ ਯਸੂ ਨੇ ਕੀ ਆਇਆ, ਮੈਂ 3 ਦਿਨਾਂ ਬਾਅਦ ਜਿੰਦਾ ਹੋ ਜੱਸਾਂ। ਬਹੁਤ ਸਾਰੇ ਲੋਕਾਂ ਨੇ ਯਸੂ ਨੂੰ ਜਿੰਦਾ ਵੇਖਿਆ। ਯਸੂ ਦੇ ਇੱਕ ਸ਼ਾਗਿਰਦ ਤੋਮਾ ਨੇ ਕਿਹਾ, ਜਦ ਤੱਕ ਮੈਂ ਉਸਦੇ ਹੱਥਾਂ ਦੇ ਕੋਕਿਆਂ ਨਾਲ ਲੱਗੇ ਹੋਏ ਜ਼ਖਮਾਂ ਨੂੰ ਨਾ ਵੇਖ ਲੈਸਾਂ, ਈਮਾਨ ਨਾ ਲਿਆਸਾਂ ਕਿ ਯਸੂ ਜਿੰਦਾ ਹੋ ਗਿਆ। ਤਦ ਯਸੂ ਤੋਮਾ ਦੇ ਕੋਲ ਆਇਆ ਅਤੇ ਉਸਨੂੰ ਆਪਣਾ ਜ਼ਖਮ ਵਿਖਾਇਸ। ਵੱਧ ਤੋਮਾ ਈਮਾਨ ਲੈ ਆਇਆ। ਬਰੇ ਖੁਦਾਵੰਦ ਯਸੂ ਚਾਹੁੰਦਾ ਆਇਆ ਕਿ ਉਸਨੂੰ ਦੇਖੇ ਬਗੈਰ ਅਸੀਂ ਉਸ 'ਤੇ ਈਮਾਨ ਲਿਆਏ ਆਏ। ਯਸੂ ਅਸਮਾਨ 'ਤੇ ਚੜ੍ਹ ਗਿਆ। ਜਿੰਦਾ ਹੋਣੇ ਦੇ 40 ਦਿਨਾਂ ਬਾਅਦ ਯਸੂ ਆਪਣੇ ਸ਼ਾਗਿਰਦਾਂ ਨੂੰ ਇੱਕ ਪਹਾੜੀ 'ਤੇ ਲੈ ਗਿਆ। ਉਸ ਨੇ ਕਿਹਾ, ਹੁਣ ਮੈਂ ਅਸਮਾਨ 'ਤੇ ਚਲਾ ਜਾਸਾਂ, ਮੇਰੇ ਜਾਣੇ ਦੇ ਬਾਅਦ ਲੋਕਾਂ ਨੂੰ ਬਤਾਉਣਾ ਕਿ ਮੈਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਖਤਮ ਕਰਨ ਵਾਸਤੇ ਸਲੀਬ ਦਿੱਤੀ ਗਈ ਹੈ। ਜਿਹੜਾ ਕੋਈ ਮੇਰਾ ਹੁਕਮ ਮੰਨਦਾ ਵੇ ਉਸ ਨੂੰ ਮਾਫ਼ ਕੀਤਾ ਜਾਸੀ ਅਤੇ ਉਹ ਅਸਮਾਨ 'ਤੇ ਮੇਰੇ ਨਾਲ ਰਹਿਸੀ। ਤਦ ਉਹਨਾਂ ਨੇ ਯਸੂ ਨੂੰ ਆਸਮਾਨ 'ਤੇ ਜਾਂਦਿਆਂ ਵੇਖਾ। ਸਲੀਬ 'ਤੇ ਕੁਰਬਾਨੀ ਨਾਲ ਸਾਨੂੰ ਨਿਜਾਤ ਮਿਲੀ। ਸਲੀਬ ਸਾਨੂੰ ਯਸੂ ਦੀ ਮੌਤ ਦੀ ਯਾਦ ਦਿਵਾਉਂਦੀ ਹੈ। ਯਸੂ ਨੇ ਕਦੀ ਗੁਨਾਹ ਨਹੀਂ ਕੀਤਾ। ਯਸੂ ਨੇ ਸਾਡੇ ਗੁਨਾਹਾਂ ਦੀ ਖਾਤਰ ਮੌਤ ਕਬੂਲ ਕੀਤੀ ਹੈ। ਉਸਨੇ ਦੁਆਇਆਂ ਦੀ ਗੁਨਾਹਾਂ ਦੀ ਸਜ਼ਾ ਬਰਦਾਸ਼ਤ ਕੀਤੀ ਹੈ। ਇਹੋ ਹੀ ਕੁਰਬਾਨੀ ਜਿਸ ਦੀ ਖੁਦਾ ਮੁਤਮੈਨ ਨੇ, ਜਦੋਂ ਅਸੀਂ ਆਪਣੇ ਗੁਨਾਹਾਂ ਨੂੰ ਮੰਨਦੇ ਹਾਂ ਅਤੇ ਯਸੂ ਦੇ ਈਮਾਨ ਲੈਂਦੇ ਹਾਂ ਤਾਂ ਸਾਡੇ ਗੁਨਾਹ ਮਾਫ਼ ਹੋ ਜਾਂਦੇ ਹਨ। ਜ਼ਿੰਦਗੀ ਵਿੱਚ ਕਿਹੜਾ ਰਸਤਾ ਚੁਣਸੀ ਹੈ? ਯਸੂ ਨੇ 2 ਰਸਤਿਆਂ ਦਾ ਜ਼ਿਕਰ ਕੀਤਾ, ਇੱਕ ਚੌੜਾ ਅਤੇ ਦੂਆ ਤੰਗ।
ਚੌੜਾ ਰਸਤਾ ਬੁਰਾਈਆਂ ਦਾ ਰਸਤਾ ਵੇ, ਵੱਧ ਵੀ ਹਰ ਬੰਦਾ ਉਸ ਤੇ ਚੱਲਣ ਵਾਸਤੇ ਤਿਆਰ ਏ, ਕਿਉਂਕਿ ਇਹ ਬਹੁਤ ਆਸਾਨ ਏ। ਉਹ ਇਹ ਹਲਾਕਤ ਵੱਲ ਲੈ ਜਾਂਦਾ ਵੇ। ਅਗਰ ਕੋਈ ਬੰਦਾ ਯਸੂ ਤੇ ਈਮਾਨ ਲੈ ਆਉਂਦਾ ਵੇ ਤੇ ਉਸ ਦੇ ਹੁਕਮਾਂ ਤੇ ਚੱਲ ਦੇਵੇ, ਉਹ ਚੌੜਾ ਰਸਤਾ ਛੋੜ ਕੇ ਤੰਗ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦੇ। ਤੰਗ ਰਸਤਾ ਹਮੇਸ਼ਾ ਦੀ ਜ਼ਿੰਦਗੀ ਵੱਲ ਲੈ ਜਾਂਦਾ ਵੇ ਜਿਹੜਾ ਖੁਦਾ ਦੇ ਕੋਲ ਏ। ਕਿ ਤੁਸੀਂ ਯਸੂ ਤੇ ਈਮਾਨ ਲੈਣਾ ਚਾਹੁੰਦੇ ਹੋ? ਹਰ ਬੰਦੇ ਨੂੰ ਆਪਣੇ ਵਾਸਤੇ ਚੁਣਨਾ ਹੋ ਸੀ ਕਿ ਆਇਆ ਉਹ ਚੌੜਾ ਰਸਤਾ ਅਪਣਾਉਣਾ ਚਾਹੁੰਦਾ ਜਾਂ ਤੰਗ ਰਸਤਾ।